ਹੈਲੋ ਸਟੂਡੈਂਟਸ ਅੱਜ ਆਪਾਂ ਗੱਲ ਕਰਦੇ ਹਾਂ ਸਾਡੀ 8ਵੀਂ ਕਲਾਸ ਦੇ 5ਵੇਂ ਚੈਪਟਰ ਦੀ ਜਿਹਦਾ ਨਾਮ ਕੀ ਹੈਗਾ ਕਾਬਲੀ ਵਾਲਾ ਕਾਬਲੀ ਵਾਲਾ ਉਹ ਹੁੰਦਾ ਜਿਹੜਾ ਮੋਢੇ ਉੱਤੇ ਸਮਾਨ ਟੰਗ ਕੇ ਮੇਵੇ ਟੰਗ ਕੇ ਵੇਚਣ ਦਾ ਕੰਮ ਕਰਦਾ ਹੈ ਅੱਗੇ ਦੇਖੋ ਕਵੀ ਕੀ ਕਹਿ ਰਿਹਾ ਇਸਦੀ ਕੀ ਕਹਾਣੀ ਹੈ ਮੇਰੀ 5 ਸਾਲ ਦੀ ਛੋਟੀ ਬੇਟੀ ਮਿੰਨੀ ਕੀ ਨਾਮ ਹੈ ਮਿੰਨੀ ਪਲ ਭਰ ਵੀ ਚੁੱਪ ਨਹੀਂ ਬੈਠ ਸਕਦੀ ਇੱਕ ਦਿਨ ਸਵੇਰੇ ਸਵੇਰੇ ਕਹਿਣ ਲੱਗੀ ਬਾਪੂ ਜੀ ਰਾਮ ਦਿਆਲ ਦਰਬਾਰ ਹੈ ਨਾ ਉਹ ਕਾਗੂ ਨੂੰ ਕਾਂ ਕਹਿੰਦਾ ਹੈ ਉਹਨੂੰ ਕੁਝ ਪਤਾ ਹੀ ਨਹੀਂ ਬਾਪੂ ਜੀ ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਦੂਜੀ ਗੱਲ ਛੇੜ ਬਹਿੰਦੀ ਹੈ ਵੇਖੋ ਬਾਪੂ ਜੀ ਭੋਲਾ ਕਹਿੰਦਾ ਹੈ ਆਸਮਾਨ ਵਿੱਚ ਹਾਥੀ ਸੁੰਡ ਨਾਲ ਪਾਣੀ ਸੁੱਟਦਾ ਹੈ ਇਸ ਕਰਕੇ ਮੀਂਹ ਪੈਂਦਾ ਦੱਸੋ ਬਾਪੂ ਜੀ ਭੋਲਾ ਝੂਠ ਬੋਲਦਾ ਹੈ ਨਾ ਇੰਨਾ ਕਹਿ ਕੇ ਉਹ ਖੇਡਣ ਲੱਗ ਪਈ ਮੇਰਾ ਘਰ ਸੜਕ ਦੇ ਕੰਢੇ 'ਤੇ ਹੈ ਕਵੀ ਦਾ ਘਰ ਕਿੱਥੇ ਹੈ ਸੜਕ ਦੇ ਕੰਢੇ 'ਤੇ ਹੈ ਇੱਕ ਦਿਨ ਮਿੰਨੀ ਮੇਰੇ ਕਮਰੇ ਵਿੱਚ ਖੇਡ ਰਹੀ ਸੀ ਅਚਾਨਕ ਖੇਡ ਛੱਡ ਕੇ ਖਿੜਕੀ ਵੱਲ ਦੌੜ ਗਈ ਅਤੇ ਬੜੇ ਜ਼ੋਰ ਨਾਲ ਚੀਕਣ ਲੱਗੀ ਕੀ ਚੀਕ ਰਹੀ ਸੀ ਕਾਬਲੀ ਵਾਲੇ ਉਹ ਕਾਬਲੀ ਵਾਲੇ ਅੱਗੇ ਦੇਖੋ ਹੁਣ ਆਹ ਕੌਣ ਹੈ ਆਹ ਤਾਂ ਹੈਗਾ ਕਾਬਲੀ ਵਾਲਾ ਆ ਹੈਗੀ ਹੈ ਮਿੰਨੀ ਆ ਰਹੀ ਉਹਦੀ ਪੋਥਲੀ ਜਿਹਦੇ ਵਿੱਚ ਕੀ ਹੈ ਮੇਵੇ ਹਨ ਠੀਕ ਹੈ ਅੱਗੇ ਦੇਖੋ ਮੋਢੇ 'ਤੇ ਮੇਵਿਆਂ ਦੀ ਬੋਰੀ ਲਟਕਾਈ ਹੱਥ ਵਿੱਚ ਅੰਗੂਰਾਂ ਦੀ ਟੋਕਰੀ ਫੜੀ ਇੱਕ ਉੱਚਾ ਲੰਮਾ ਕਾਬਲੀ ਵਾਲਾ ਧੀਮੀ ਚਾਲ ਵਿੱਚ ਸੜਕ 'ਤੇ ਜਾ ਰਿਹਾ ਸੀ ਜਿਵੇਂ ਹੀ ਉਹ ਹੈ ਸਾਡੇ ਘਰ ਵੱਲ ਮੁੜਿਆ ਮਿੰਨੀ ਡਰ ਕੇ ਅੰਦਰ ਭੱਜ ਗਈ ਉਹ ਡਰ ਗਈ ਕਿ ਕਿੱਧਰੇ ਉਹ ਹੈ ਉਸਨੂੰ ਫੜ ਕੇ ਨਾ ਲੈ ਜਾਵੇ ਉਸਦੇ ਮਨ ਵਿੱਚ ਇਹ ਗੱਲ ਘਰ ਕਰ ਗਈ ਸੀ ਘਰ ਕਰਨਾ ਮਤਲਬ ਕਿ ਦਿਲ 'ਤੇ ਗੱਲ ਨੂੰ ਲਾ ਲੈਣਾ ਕਿ ਕਾਬਲੀ ਵਾਲੇ ਦੇ ਪੋਰੀ ਖੋਲ੍ਹਣ ਤੋਂ ਉਸ ਵਿੱਚ 2-4 ਬੱਚੇ ਨਿਕਲ ਸਕਦੇ ਹਨ ਕਾਬਲੀ ਵਾਲੇ ਨੇ ਮੁਸਕਰਾ ਕੇ ਮੈਨੂੰ ਸਲਾਮ ਕੀਤੀ ਮੈਂ ਉਸ ਤੋਂ ਕੁਝ ਸੌਦਾ ਖਰੀਦਿਆ ਫਿਰ ਉਹ ਪੁੱਛਣ ਲੱਗਾ ਬਾਪੂ ਜੀ ਤੁਹਾਡੀ ਬੱਚੀ ਕਿੱਥੇ ਹੈ ਮੈਂ ਮਿੰਨੀ ਦਾ ਡਰ ਕੱਢਣ ਖਾਤਰ ਮਿੰਨੀ ਨੂੰ ਆਵਾਜ਼ ਦੇ ਕੇ ਬੁਲਾਇਆ ਕਾਬਲੀ ਵਾਲਾ ਬੋਰੀ ਵਿੱਚੋਂ ਬਾਦਾਮ ਕਿਸਮਿਸ ਕੱਢ ਕੇ ਮਿੰਨੀ ਨੂੰ ਦੇਣ ਲੱਗਾ ਪਰ ਮਿੰਨੀ ਨੇ ਕੁਝ ਵੀ ਨਹੀਂ ਲਿਆ ਡਰ ਨਾਲ ਉਹ ਮੇਰੀਆਂ ਲੱਤਾਂ ਨਾਲ ਚਿੰਬੜ ਗਈ ਕਾਬਲੀ ਵਾਲੇ ਨਾਲ ਮਿੰਨੀ ਦੀ ਪਹਿਲੀ ਜਾਣ ਪਛਾਣ ਇਸ ਤਰ੍ਹਾਂ ਹੋਈ ਕੁਝ ਦਿਨ ਬਾਅਦ ਮੈਂ ਕਿਸੇ ਜ਼ਰੂਰੀ ਕੰਮ ਕਰਕੇ ਬਾਹਰ ਜਾ ਰਿਹਾ ਸੀ ਕਿ ਦੇਖਦਾ ਹਾਂ ਕਿ ਮਿੰਨੀ ਕਾਬਲੀ ਵਾਲੇ ਨਾਲ ਪਟਾਕ ਪਟਾਕ ਗੱਲਾਂ ਮਾਰ ਰਹੀ ਹੈ ਅਤੇ ਕਾਬਲੀ ਵਾਲਾ ਮੁਸਕਰਾਉਂਦਾ ਹੋਇਆ ਸੁਣ ਰਿਹਾ ਹੈ ਪਟਾਕ ਪਟਾਕ ਮਤਲਬ ਕਿ ਬੋਲਦੇ ਰਹਿਣਾ ਕੋਈ ਨਾ ਕੋਈ ਗੱਲ ਬੋਲੀ ਜਾਣਾ ਮਿੰਨੀ ਦੀ ਝੋਲੀ ਬਦਾਮਾਂ ਅਤੇ ਕਿਸਮਿਸ ਨਾਲ ਭਰੀ ਹੋਈ ਸੀ ਮੈਂ ਕਾਬਲੀ ਵਾਲੇ ਨੂੰ ਇੱਕ ਅਠਿਆਨੀ ਦਿੰਦੇ ਹੋਏ ਕਿਹਾ ਉਸ ਨੇ ਇਹ ਸਭ ਕੁਝ ਕਿਉਂ ਦਿੱਤਾ ਅੱਗੇ ਤੋਂ ਨਾ ਦੇਣਾ ਇੰਨਾ ਕਹਿ ਕੇ ਮੈਂ ਚਲਾ ਗਿਆ ਕੁਝ ਦੇਰ ਤੱਕ ਕਾਬਲੀ ਵਾਲਾ ਮਿੰਨੀ ਨਾਲ ਗੱਲ ਕਰਦਾ ਰਿਹਾ ਜਾਂਦਿਆਂ ਹੋਇਆ ਉਹ ਅਠਿਆਨੀ ਉਹ ਮਿੰਨੀ ਦੀ ਝੋਲੀ ਵਿੱਚ ਸੁੱਟ ਗਿਆ ਜਦੋਂ ਮੈਂ ਘਰ ਵਾਪਸ ਆਇਆ ਤਾਂ ਦੇਖਿਆ ਮਿੰਨੀ ਦੀ ਮਾਂ ਉਸ ਨੂੰ ਕਾਬਲੀ ਵਾਲੇ ਤੋਂ ਅਠਿਆਨੀ ਲੈਣ ਕਰਕੇ ਡਾਂਟ ਰਹੀ ਸੀ ਕਾਬਲੀ ਵਾਲਾ ਹਰ ਰੋਜ਼ ਆਉਂਦਾ ਰਿਹਾ ਉਸ ਨੂੰ ਕਿਸਮਿਸ ਬਦਾਮ ਦੇ ਕੇ ਮਿੰਨੀ ਦੇ ਛੋਟੇ ਜਿਹੇ ਦਿਲ 'ਤੇ ਕਬਜ਼ਾ ਕਰ ਲਿਆ ਸੀ ਮਤਲਬ ਕਿ ਹੁਣ ਉਹ ਇੱਕ ਦੂਜੇ ਦੇ ਫਰੈਂਡਸ ਬਣ ਚੁੱਕੇ ਸੀ ਬਹੁਤ ਹੀ ਵਧੀਆ ਫਰੈਂਡਸ ਦੋਵੇਂ ਦੇਰ ਤੱਕ ਗੱਲਾਂ ਕਰਦੇ ਅਤੇ ਜ਼ੋਰ ਜ਼ੋਰ ਦੀ ਹੱਸਦੇ ਰਹਿਮਤ ਕਾਬਲੀ ਵਾਲੇ ਨੂੰ ਦੇਖਦਿਆਂ ਹੀ ਮੇਰੀ ਬੱਚੀ ਹੱਸਦੀ ਹੋਈ ਪੁੱਛਦੀ ਕਾਬਲੀ ਵਾਲੇ ਉਹ ਕਾਬਲੀ ਵਾਲੇ ਤੇਰੀ ਬੋਰੀ ਵਿੱਚ ਕੀ ਹੈ ਰਹਿਮਤ ਹੱਸਦਾ ਹੋਇਆ ਕਹਿੰਦਾ ਹਾਥੀ ਫਿਰ ਮਿੰਨੀ ਨੂੰ ਪੁੱਛਦਾ ਤੂੰ ਸਹੁਰੇ ਕਦੋਂ ਜਾਵੇਂਗੀ ਉਲਟਾ ਮਿੰਨੀ ਰਹਿਮਤ ਨੂੰ ਪੁੱਛਦੀ ਤੂੰ ਸਹੁਰੇ ਹੁਣ ਦੇਖੋ ਕਾਬਲੀ ਵਾਲਾ ਜਿਹੜਾ ਸੀਗਾ ਉਸਦਾ ਨਾਮ ਕੀ ਸੀ ਰਹਿਮਤ ਸਮਾਨ ਵੇਚਣ ਕਰਕੇ ਉਸਨੂੰ ਕਾਬਲੀ ਵਾਲਾ ਕਿਹਾ ਜਾਂਦਾ ਸੀ ਮਿੰਨੀ ਉਹਨੂੰ ਕਾਬਲੀ ਵਾਲਾ ਕਹਿ ਕੇ ਬੁਲਾਉਂਦੀ ਸੀ ਇਸ ਲਈ ਰਹਿਮਤ ਦਾ ਨਾਮ ਕੀ ਹੋ ਗਿਆ ਕਾਬਲੀ ਵਾਲਾ ਠੀਕ ਹੈ ਕਾਬਲੀ ਵਾਲਾ ਹੱਸਦਾ ਹੋਇਆ ਕਹਿੰਦਾ ਹਾਥੀ ਫਿਰ ਮਿੰਨੀ ਨੂੰ ਪੁੱਛਦਾ ਤੂੰ ਸਹੁਰੇ ਕਦੋਂ ਜਾਵੇਂਗੀ ਉਲਟਾ ਮਿੰਨੀ ਰਹਿਮਤ ਨੂੰ ਪੁੱਛਦੀ ਤੂੰ ਸਹੁਰੇ ਕਦੋਂ ਜਾਵੇਂਗਾ ਰਹਿਮਤ ਆਪਣਾ ਮੁੱਕਾ ਘੁਮਾ ਕੇ ਕਹਿੰਦਾ ਮੈਂ ਸਹੁਰੇ ਨੂੰ ਮਾਰਾਂਗਾ ਉਸਦੀ ਇਸ ਗੱਲ 'ਤੇ ਮਿੰਨੀ ਬਹੁਤ ਹੱਸਦੀ ਹੈ
हर साल सर्दियों के अंत विच काबलीवाला अपने देश चलिया जाता। जान तो पहला वह सब लोगों तो पैसे उगराहन तो लग्या रहिंदा। उगराना मतलब कि आपां किसे तो समान लगातार एक ही इंसान तो समान लेने तो अपनी धार चलती रहती है। ठीक है, तो जिहड़े पैसे आपां वापस लैने हुंदे है किसे तो, मान लो मैं तुहानूं पेन दिता है तो तुसीं मैनूं पैसे देने है तो मैं थोड़े तो पैसे लूँगी, तो उन्हें उगराहन कहा जाता है। उसनूं घर घर जाना पैंदा, फिर भी वह है दिन विच एक बार मिनी नूं जरूर मिलन आउंदा। एक दिन सवेरे मैं अपने कमरे विच बैठा कोई काम कर रहा सी कि बाहर सड़क ते शोर सुनाई दिता। देखिया कि रहमत नूं दो सिपाही बन के लई जा रहे हैं। रहमत दे कुर्ते ते लहू दे दाग लगे हुए सन। सिपाही दे हाथ विच लहू नाल लिबड़िया होया छूरा सी। कुछ सिपाहियां ते कुछ रहमत दे मुँहों सुनिया कि साढ़े गुआंढ विच रह रहे एक आदमी ने रहमत तो एक चादर खरीदी सी। उस वल कुछ पैसे रहमत दे उधार रेंदे सन जिन्हां नूं मोड़न तो उसने नाह कर दित्ती सी। दोहां दा इस गल तो झगड़ा हो गया ते काबली वाले ने उसनूं छूरा मार दिता। अगे देखो, इन्ने नूं काबली वाले कहिंदी होई मिनी बाहर आ गई। रहमत दा चेहरा पल भर लई खिड़ गया। मिनी ने आउंदिया ही उसनूं पुछया, तू सोहरे जावेंगा? रहमत ने हस के कहा, उत्थे ही तां जा रहा हाँ। रहमत नूं लग्या कि उस दे उत्तर नाल मिनी खुश नहीं होई। उसने मुक्का दिखा के कहा, सोहरे नूं मार दिता, पर की करा, मेरे हाथ बने हुए हैं। चूरा मारन दे अपराध विच रहमत नूं कई सालां दी सज़ा हुई। काबली वाले वल्लों मिनी दा ध्यान हौली हौली हट गया। क्यों? क्योंकि 2 साल दी उहनूं सज़ा हुई सी। ते जदों आपां रेगूलर किसी चीज़ नाल रहिंदे हां ते अगर एनी टाइम लई आपां जिस चीज़ नाल रहिंदे ओह साडे दिल लई कुछ आदत जी हो जाती है। ठीक है, तो जो काफ़ी टाइम आप उस चीज़ तो दूर हो जाने तो धीरे धीरे असं उस चीज़ तो उभरना शुरू कर दें, मतलब कि उस चीज़ की आदत सानू घट हो जाती है। इस तरीके जिमें कि रहमत ते मिनी, काबली वाला ते मिनी की सी आपस च बहुत क्लोज फ्रेंड्स सी ना, ते लेकिन जो रहमत नू 2 साल की सज़ा हुई तो धीरे धीरे की होया, मिनी ने उन्हें भुलाना शुरू कर दिता। अगे देखो, वह उसनू भुल गई। कई साल लंघ गए, अज मेरी मिनी का विआह है। लोग आ जा रहे सन, मैं अपने कमरे में बैठा खर्चे का हिसाब लिख रहा सा कि देखता हाँ कि रहमत सामने खड़ा सलाम कर रहा है। पहला तो मैं उसनू पूछा, पछाण ना सकिया। उस कोल ना तो बोरी अते ना ही चेहरे उत्ते पहला वर्गी खुशी सी। बड़े गुह नाल देख के पता चलिया कि वह रहमत है। गौर नाल देखना किसी की पहचान नहीं होती, आप गौर नाल वेखदे ने भी आखिर कौन है, तो फिर उसनू पहचान आई भी हाँ रहमत है। मैं पूछया, क्यों रहमत, कदों आया? कल ही शाम जेल तो छुट्टिया है, उसने दस्या। मैं उसनू कहा, अज मेरे घर विच एक जरूरी काम है, मैं उस विच बहुत रुझिया होया हाँ, अज तू चला जा फिर कदे आई। वह उदास होकर जान लग गया, पर दरवाजे कोल रुक के कुछ इचकदा जिहा बोलिया। चिकदा मतलब कि थोड़ी जी घबराहट नाल कुछ बोलना कि मैं जरा बच्चे नू नहीं देख सकदा। शायद उसनू यकीन सी कि मिनी हुण भी पहला वर्गी निक्की जिही बच्ची ही है। वह पहला वांग ही काबली वाले ओ काबली वाले पुकार दी भज्जी आवेगी। उन्हां दोहना दे पुराने हासे अते गलबात विच कोई झिझक रुकावट नहीं आवेगी। मैं उसनू कहा, रहमत अज घर विच बहुत कम है, अज तू उसनू नहीं मिल सकेगा। वह कुछ उदास हो गया अते सलाम करके दरवाजे विचों बाहर निकल गया। मैं सोच ही रहा सी या सा कि उसनू वापस बुलावां, इन्हें नूं है आप ही वापस मुड़ आया अते बोलिया, यह थोड़ा जिहा मेवा बच्चे ले लिया सा, उसनू दे देना। मैं उसनू पैसे देने चाहे पर उन्हें कहा, मेहरबानी बाबू साहब पैसे रहन दो। फिर थोड़ा रुक के बोलिया, तुहाडी बच्ची वर्गी मेरी भी एक बच्ची है, उसनू याद करके ही मैं तुहाडी बच्ची लई थोड़ा जिन्ना मेवा लिया करता सा, सौदा वेचन लई नहीं सी आया करता। अगे देखो की कह रहा कवि, उन्हें अपनी जेब विच हाथ पा के कागज़ का एक टुकड़ा कढ़िया ते मेरे वल वधाया। मैं की देखदा हाँ कि कागज़ दे इस निक्के जिहे टुकड़े उत्ते 2 निक्के निक्के हत्थां दी छाप है,
ਹੱਥਾਂ ਦੇ ਕਾਲਖ ਲਾ ਕੇ ਕਾਗਜ਼ ਉੱਤੇ ਉਹਨਾਂ ਦੇ ਨਿਸ਼ਾਨ ਲਾਏ ਹੋਏ ਸਨ। ਆਪਣੀ ਬੱਚੇ ਦੀ ਇਸ ਯਾਦ ਨੂੰ ਸੀਨੇ ਨਾਲ ਲਾ ਕੇ ਰਹਿਮਤ ਹਰ ਸਾਲ ਕਲਕੱਤੇ ਦੀਆਂ ਗਲੀਆਂ ਵਿੱਚ ਸੌਦਾ ਵੇਚਣ ਆਉਂਦਾ ਸੀ। ਹੁਣ ਦੇਖੋ ਉਹ ਸੌਦਾ ਵੇਚਣ ਕਿੱਥੇ ਆਉਂਦਾ ਸੀ? ਕਲਕੱਤੇ। ਠੀਕ ਹੈ। ਇਹ ਦੇਖ ਕੇ ਮੇਰੀਆਂ ਅੱਖਾਂ ਪਾਣੀ ਨਾਲ ਭਰ ਗਈਆਂ। ਸਭ ਕੁਛ ਭੁੱਲ ਕੇ ਮੈਂ ਉਸ ਵੇਲੇ ਮਿੰਨੀ ਨੂੰ ਬਾਹਰ ਬੁਲਾਇਆ। ਵਿਆਹ ਵੇਲੇ ਦੀ ਪੂਰੀ ਪੋਸ਼ਾਕ ਪਾਈ ਅਤੇ ਗਹਿਣਿਆਂ ਨਾਲ ਸਜੀ ਮਿੰਨੀ ਮੇਰੇ ਕੋਲ ਆ ਕੇ ਖੜ੍ਹ ਗਈ। ਉਸਨੂੰ ਦੇਖ ਕੇ ਪਹਿਲਾਂ ਤਾਂ ਰਹਿਮਤ ਕਾਬਲੀ ਵਾਲਾ ਹੱਕਾ ਬੱਕਾ ਰਹਿ ਗਿਆ। ਕਿੰਨਾ ਹੀ ਚਿਰ ਉਸ ਤੋਂ ਪਹਿਲਾਂ ਵਾਂਗ ਕੋਈ ਗੱਲ ਨਾ ਹੋ ਸਕੀ। ਫਿਰ ਥੋੜ੍ਹਾ ਚਿਰ ਬਾਅਦ ਹੱਸ ਕੇ ਬੋਲਿਆ, ਚੱਲੀ ਸੱਸ ਦੇ ਘਰ ਜਾ ਰਹੀ ਹੈ ਮਿੰਨੀ। ਹੁਣ ਸੱਸ ਦਾ ਮਤਲਬ ਸਮਝਦੀ ਸੀ। ਸੰਗ ਨਾਲ ਉਸਦਾ ਚਿਹਰਾ ਲਾਲ ਹੋ ਗਿਆ। ਮਿੰਨੀ ਦੇ ਜਾਣ ਬਾਅਦ ਇੱਕ ਹੌਂਕਾ ਭਰ ਕੇ ਰਹਿਮਤ ਪੁੱਜੇ ਹੀ ਬੈਠ ਗਿਆ। ਸ਼ਾਇਦ ਇਸ ਕੜੀ ਉਹ ਸੋਚ ਰਿਹਾ ਸੀ ਕਿ ਉਸਦੀ ਬੱਚੀ ਵੀ ਇੰਨੇ ਚਿਰ ਵਿੱਚ ਮਿੰਨੀ ਜਿੱਡੀ ਹੀ ਹੋ ਗਈ ਹੋਊਗੀ। ਰੱਬ ਜਾਣੇ ਇਹਨਾਂ 8 ਸਾਲਾਂ ਵਿੱਚ ਉਸ 'ਤੇ ਕੀ ਬੀਤੀ ਹੋਵੇਗੀ। ਉਹ ਉਸਦੀ ਯਾਦ ਵਿੱਚ ਗੁੰਮ ਹੋ ਗਿਆ। ਮੈਂ ਕੁਝ ਰੁਪਏ ਕੱਢ ਕੇ ਉਸਦੇ ਹੱਥ 'ਤੇ ਰੱਖ ਦਿੱਤੇ ਅਤੇ ਕਿਹਾ, ਜਾ ਰਹਿਮਤ, ਹੁਣ ਤੂੰ ਵੀ ਆਪਣੀ ਬੱਚੀ ਕੋਲ ਆਪਣੇ ਦੇਸ਼ ਚਲਾ ਜਾ। ਆ ਸੀ ਕਾਬਲੇ ਵਾਲੇ ਦੀ ਕਹਾਣੀ। ਬਹੁਤ ਹੀ ਰੋਚਕ ਕਹਾਣੀ ਸੀ, ਜਿਹਦੇ ਵਿੱਚ ਕੀ ਸੀ, ਕਾਬਲੇ ਵਾਲੇ ਦੀ ਸਟੋਰੀ ਦੱਸੀ ਹੋਈ ਸੀ। ਠੀਕ ਹੈ। ਅਤੇ ਆ ਸੀ ਸਾਡਾ 5ਵਾਂ ਲੈਸਨ। ਅਤੇ ਉਦਾਹਰਣ ਤਾਂ ਸਭ 'ਤੇ ਹੀ ਚੱਲਦੀ ਰਹਿੰਦੀ ਹੈ। ਠੀਕ ਹੈ। ਹੁਣ ਜਿਵੇਂ ਇਹਦੇ ਵਿੱਚ ਇੱਕ ਸ਼ਿਕਸ਼ਾ ਮਿਲਦੀ ਹੈ ਸਾਨੂੰ, ਕਾਬਲੀ ਵਾਲਾ ਪੈਸੇ ਲੈਣ ਗਿਆ ਸੀ। ਕਿਉਂ? ਕਿਉਂਕਿ ਉਹਨੇ ਚੀਜ਼ ਦਿੱਤੀ ਸੀ। ਠੀਕ ਹੈ। ਅਤੇ ਜਿਹਨੇ ਚੀਜ਼ ਲਿੱਤੀ ਹੈ ਉਹਨੇ ਪੈਸੇ ਨਹੀਂ ਦਿੱਤੇ ਤਾਂ ਉਹਦੀ ਗਲਤੀ ਹੈ। ਤਾਂ ਕਦੇ ਵੀ ਕਿਸੇ ਦਾ ਹੱਕ ਨਹੀਂ ਰੱਖਣਾ ਚਾਹੀਦਾ। ਸਾਨੂੰ ਹਮੇਸ਼ਾ ਜਿਹੜੀ ਚੀਜ਼ ਅਸੀਂ ਲਿੱਤੀ ਹੈ ਉਹ ਯਾਦ ਰੱਖਣੀ ਚਾਹੀਦੀ ਹੈ, ਅਤੇ ਕਿਹੜੀ ਆਪਾਂ ਜਿਹਨੂੰ ਦੇਣੀ ਹੈ ਉਹ ਵੀ ਯਾਦ ਰੱਖਣੀ ਚਾਹੀਦੀ ਹੈ। ਅਤੇ ਲੈਣਾ ਚਾਹੇ ਭੁੱਲ ਜਾਓ ਪਰ ਅਗਲੇ ਦਾ ਦੇਣਾ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਇਸ ਲੈਸਨ ਤੋਂ ਸਾਨੂੰ ਆਹੀ ਸ਼ਿਕਸ਼ਾ ਮਿਲਦੀ ਹੈ। ਅੱਜ ਲਈ ਇੰਨਾ ਹੀ। ਸਾਡਾ 5th ਲੈਸਨ ਕੰਪਲੀਟ ਹੋ ਚੁੱਕਿਆ।